ਗੋਲੀਕਾਂਡ ਕੇਸ ਪੰਜਾਬ ਤੋਂ ਬਾਹਰ ਸ਼ਿਫਟ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਸੁਖਰਾਜ ਸਿੰਘ ਨਿਆਮੀਵਾਲਾ ਨੇ ਪੰਜਾਬ ਸਰਕਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਜੀ ਹਾਂ, ਸੁਖਰਾਜ ਸਿੰਘ ਦਾ ਕਹਿਣਾ ਕਿ ਸਰਕਾਰ ਗੋਲੀਕਾਂਡ ਮਾਮਲੇ ਵਿੱਚ ਇਨਸਾਫ ਦੇਣ ਦੇ ਨਾਮ ਤੇ ਸਿਰਫ ਗੁੰਮਰਾਹ ਕਰ ਰਹੀ ਹੈ। ਪਹਿਲਾਂ ਡੇਰਾ ਮੁਖੀ ਬਰੀ ਹੋ ਗਿਆ ਤੇ ਹੁਣ ਕੇਸ ਬਾਹਰ ਸ਼ਿਫਟ ਹੋਣਾ ਮੰਦ ਪਾ ਗਿਆ। ਪੰਜਾਬ ਸਰਕਾਰ ਦੇ ਉੱਪਰ ਇਲਜ਼ਾਮ ਤਰਾਸ਼ੀਆਂ ਦਾ ਦੌਰ ਹੁਣ ਸ਼ੁਰੂ ਹੋ ਚੁੱਕਿਆ ਹੈ। ਜੀ ਹਾਂ, ਜਿਸ ਢੰਗ ਦੇ ਨਾਲ ਬਹਿਬਲਖਲਾ ਗੋਲੀਕਾਂਡ ਕੇਸ ਪੰਜਾਬ ਤੋਂ ਬਾਹਰ ਸ਼ਿਫਟ ਹੋਇਆ ਹੈ, ਸੁਖਰਾਜ ਸਿੰਘ ਦੇ ਪਿਤਾ ਦੀ ਬਹਿਬਲਖਲਾ ਗੋਲੀਕਾਂਡ 'ਚ ਮੌਤ ਹੋਈ ਸੀ ਅਤੇ ਸੁਖਰਾਜ ਸਿੰਘ ਨੇ ਪੰਜਾਬ ਸਰਕਾਰ ਨੂੰ ਕਟਹਿਰੇ ਵਿੱਚ ਲਿਆ ਖੜਾ ਕੀਤਾ ਆਪਣੇ ਸਵਾਲਾਂ ਦੇ ਰਾਹੀਂ। ਸੁਖਰਾਜ ਸਿੰਘ ਦਾ ਕਹਿਣਾ ਕਿ ਪੰਜਾਬ ਸਰਕਾਰ ਦੇ ਪੱਲੇ ਕੱਖ ਨਹੀਂ ਹੈ, ਆਪ ਸਰਕਾਰ ਗੋਲੀਕਾਂਡ ਮਾਮਲੇ ਦੇ ਵਿੱਚ ਇਨਸਾਫ ਦੇਣ ਦੇ ਨਾਂ 'ਤੇ ਸਿਰਫ ਔਰ ਸਿਰਫ ਕੇਵਲ ਗੁੰਮਰਾਹ ਕਰ ਰਹੀ ਹੈ। ਪਹਿਲਾਂ ਡੇਰਾ ਮੁਖੀ ਬਰੀ ਹੋ ਗਿਆ ਅਤੇ ਹੁਣ ਕੇਸ ਬਾਹਰ ਸ਼ਿਫਟ ਹੋ ਗਿਆ, ਇਹ ਮੰਦਭਾਗਾ ਹੈ। ਦੋਸ਼ੀ ਦੀ ਐਪਲੀਕੇਸ਼ਨ ਦੇ ਉੱਤੇ ਕੇਸ ਪਹਿਲਾਂ ਤਾਂ ਬੇਅਦਬੀ ਦਾ ਚੰਡੀਗੜ੍ਹ ਦੇ ਵਿੱਚ ਭੇਜਿਆ ਗਿਆ, ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਟ੍ਰਾਂਸਫਰ ਕੀਤਾ ਗਿਆ। ਉਹਦੇ ਵਿੱਚ ਦੋ ਦਿਨ ਪਹਿਲਾਂ ਇੱਕ ਕੇਸ ਦੇ ਵਿੱਚ ਜਿੱਥੇ ਮੁੱਖ ਦੋਸ਼ੀ ਰੱਖਣਾ ਚਾਹੀਦਾ ਸੀ ਉਹ ਕਤਲ ਨੂੰ, ਉਹ ਰਾਮ ਰਹੀਮ ਨੂੰ ਬਲਾਤਕਾਰੀ ਨੂੰ, ਉੱਥੇ ਉਹਨੂੰ ਬਰੀ ਕੀਤਾ ਜਾਂਦਾ ਅਤੇ ਅੱਜ ਜਿਹੜਾ ਹੁਣੇ ਫੈਸਲਾ ਆਇਆ, ਹਜੇ ਔਰਡਰ ਪੂਰਾ ਨਹੀਂ ਆਇਆ ਪਰ ਉਹਦੇ 'ਚ ਅਲਾਓ ਕੀਤਾ ਗਿਆ ਫਰੀਦਕੋਟ ਦੀ ਅਦਾਲਤ ਦੇ ਵਿੱਚੋਂ ਕਿ ਇਹ ਕੇਸ ਆ ਜਿਹੜਾ ਬਹਿਬਲਖਲਾ ਗੋਲੀਕਾਂਡ ਦਾ, ਜਿੱਥੇ ਦੋ ਬੰਦਿਆਂ ਦੀ ਮੌਤ ਹੋਈ ਆ ਜਿਹਦੇ ਵਿੱਚ ਮੇਰੇ ਪਿਤਾ ਜੀ ਜਿਨ੍ਹਾਂ ਦੀ ਮੌਤ ਹੋਈ ਆ, ਉਹ ਕੇਸ ਫਰੀਦਕੋਟ ਤੋਂ ਬਦਲ ਕੇ ਚੰਡੀਗੜ੍ਹ ਕਰ ਦਿੱਤਾ ਗਿਆ। ਸੋ ਕਿੱਡੀ ਸ਼ਰਮਨਾਕ ਗੱਲ ਆ ਉਹਨਾਂ ਸਰਕਾਰਾਂ ਵਾਸਤੇ, ਉਹਨਾਂ ਸਰਕਾਰ ਦੇ ਨੁਮਾਇੰਦਿਆਂ ਵਾਸਤੇ ਅਤੇ ਉਸ ਸਿਸਟਮ ਵਾਸਤੇ, ਉਹਨਾਂ ਅਦਾਲਤਾਂ ਵਾਸਤੇ ਕਿ ਤੁਸੀਂ ਇੱਕ ਦੋਸ਼ੀ ਦੀ ਐਪਲੀਕੇਸ਼ਨ 'ਤੇ ਸਜ਼ਾ ਦੇਣ ਦੀ ਬਜਾਏ ਤੁਸੀਂ ਉਹਨਾਂ ਨੂੰ ਟ੍ਰਾਂਸਫਰ ਕਰਕੇ ਚੰਡੀਗੜ੍ਹ ਭੇਜ ਰਹੇ ਹੋ। ਕੀ ਤੁਸੀਂ ਸਿੱਧਾ ਸਿੱਧਾ ਹੀ ਕਹਿ ਰਹੇ ਹੋ ਕਿ ਇਹਨਾਂ 'ਤੇ ਕੋਈ ਕਾਰਵਾਈ ਨਹੀਂ ਹੋਊਗੀ, ਇਹ ਥੋੜ੍ਹੇ ਸਮੇਂ ਦੇ ਵਿੱਚ ਇਹ ਵੀ ਬਰੀ ਹੋ ਜਾਣਗੇ? ਅਤੇ ਮੈਂ ਪ੍ਰਸ਼ਾਸਨ ਨੂੰ ਅਤੇ ਪੰਜਾਬ ਸਰਕਾਰ ਨੂੰ, ਇੱਥੋਂ ਦੇ ਸਿਸਟਮ ਨੂੰ ਇਹੀ ਕਹਿਣਾ ਚਾਹੁੰਦਾ ਕਿ ਤੁਹਾਡੇ ਪੱਲੇ ਕੱਖ ਨਹੀਂ, ਤੁਹਾਥੋਂ ਕੱਖ ਨਹੀਂ ਹੋਣਾ। ਤੁਸੀਂ ਹਮੇਸ਼ਾ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਦੀ ਕੋਝੀ ਰਾਜਨੀਤੀ ਕੀਤੀ ਹੈ ਅਤੇ ਅੱਜ ਵੀ ਉਹੀ ਹੋ ਰਿਹਾ। ਪੰਜਾਬ ਦੇ ਵਿੱਚੋਂ ਕੇਸ ਟ੍ਰਾਂਸਫਰ ਬਾਹਰ ਹੋਣਾ ਬਹੁਤ ਮੰਦਭਾਗਾ ਅਤੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਤੋਂ ਬਚਾ ਰਿਹਾ। ਸੋ ਇਹ ਸਿੱਧਾ ਸਿੱਧਾ ਸਿੱਧ ਕਰਦੀ ਹੈ, ਪੰਜਾਬ ਸਰਕਾਰ ਉਹਨਾਂ ਦੋਸ਼ੀਆਂ 'ਤੇ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੀ, ਚਾਹੇ ਬੇਅਦਬੀ ਹੋਵੇ ਚਾਹੇ ਗੋਲੀਕਾਂਡ ਹੋਵੇ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵੀ ਪ੍ਰਕਿਰਿਆ ਹੋਣਗੀਆਂ, ਸਾਨੂੰ ਚਾਹੇ ਪ੍ਰੋਟੈਸਟ ਕਰਨੇ ਪੈਣ, ਸਾਨੂੰ ਚਾਹੇ ਇਹਦੇ 'ਤੇ ਕੋਈ ਵੀ ਕਦਮ ਲੀਕਣੇ ਪੈਣ, ਅਸੀਂ ਉਹ ਸਾਰੇ ਜਿਹੜੇ ਕਦਮ ਲੀਕਾਂਗੇ। ਅਤੇ ਇੱਥੋਂ ਦੀਆਂ ਜਿਹੜੀਆਂ ਦੁਨਿਆਵੀ ਅਦਾਲਤਾਂ, ਜਿਵੇਂ ਜਿੱਥੇ ਜਿੱਥੇ ਇਹਦੇ 'ਚ ਅਸੀਂ ਚੈਲੰਜ ਕਰ ਸਕਦੇ, ਉਹ ਵੀ ਅਸੀਂ ਅੱਗੇ ਗੱਲ ਆ ਜਿਹੜੀ ਆਪਣੇ ਵਕੀਲਾਂ ਦੇ ਪੈਨਲ ਦੇ ਨਾਲ ਗੱਲ ਕਰਕੇ ਉਹ ਵੀ ਅਸੀਂ ਚੈਲੰਜ ਕਰਾਂਗੇ। ਸੋ ਮੈਂ ਫਿਰ ਇਹੀ ਕਹਾਂਗਾ ਕਿ ਤੁਸੀਂ ਇੱਥੇ ਸਜ਼ਾ ਦੇਣ ਦੀ ਬਜਾਏ ਲੋਕਾਂ ਦੇ ਜ਼ਖਮਾਂ ਦੇ ਉੱਤੇ ਮੱਲਮ ਲਾਉਣ ਦੀ ਥਾਂ 'ਤੇ ਨੂਨ ਲਾਉਣ ਦਾ ਕੰਮ ਕਰ ਰਹੇ ਹੋ।